ਅੰਮ੍ਰਿਤਸਰ ਦੇ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਨੇ ਕਿਸਾਨਾਂ ਨੂੰ ਆਪਣਾ ਦਿੱਤਾ ਸਮਰਥਨ ਉਹਨਾਂ ਨੇ ਕਿਹਾ ਕਿ ਡੈਮੋਕ੍ਰੇਸੀ ਦੇ ਚੋਤੇ ਥੰਮ ਪ੍ਰੈਸ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਜਾਏਗਾ ਜਿਸ ਉਪਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਜਨਨ ਸਕੱਤਰ ਨੇ ਪ੍ਰੈਸ ਕਾਨਫਰੰਸ ਕਲੱਬ ਦਾ ਧੰਨਵਾਦ ਕੀਤਾ ਜੀ ਕਿਉਂਕਿ ਇੱਥੇ ਜਿਹੜਾ ਇਹਨਾਂ ਦਾ ਯੋਗਦਾਨ ਹੈ ਉਹ ਉਹਦੀ ਕੋਈ ਦੇਣ ਨਹੀਂ ਕੀਤੀ ਜਾ ਸਕਦੀ ਸਰਵਨ ਸਿੰਘ ਮਤੇਰ ਜੀ ਸਾਰੇ ਜਾਣਦੇ ਨੇ ਬੱਚਾ ਬੱਚਾ ਜਾਣਦਾ ਨਹੀਂ ਜਾਣਦੇ ਆ ਕਿ ਕਿਸ ਢੰਗ ਨਾਲ ਇਹ ਆਪਣੇ ਸੰਘਰਸ਼ ਨੂੰ ਕਿਸ ਲੈਵਲ ਤੇ ਲੈ ਕੇ ਜਾ ਰਹੇ ਨੇ ਔਰ ਪੂਰਾ ਪਿਛਲਾ ਜਿਹੜਾ ਬੈਕਪੋਟ ਹੈ ਇਹਨਾਂ ਨੇ ਪੂਰੀ ਸੰਭਾਲੀ ਹੋਈ ਆ ਹਰ ਤਰੀਕੇ ਨਾਲ ਇਹਨਾਂ ਨੇ ਜਿਹੜਾ ਇਸ ਸੰਘਰਸ਼ ਦੇ ਵਿੱਚ ਅਸੀਂ ਥੋੜਾ ਜਿਹਾ ਯੋਗਦਾਨ ਵੀ ਪ੍ਰੈਸ ਕਲਾਬ ਵਰਗੋਂ ਹਣੀ ਅਜਿਹਾ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪੱਤਰਕਾਰ ਜਿਹੜਾ ਹੈ মিডিਆ ਹੈ ਉਹ ਹਰ ਚੀਜ਼ ਨੂੰ ਬੜੀ ਗੌਰ ਨਾਲ ਬੜੀ ਨੇੜਿਓਂ ਵਾਚਦਾ ਹੈ ਤੇ ਇਹ ਕੰਮ ਜਿਹੜਾ ਹੈ ਉਹ ਪ੍ਰੈਸ ਨੇ ਕੀਤਾ ਪੂਰੇ ਥਰੂਆਊਟ ਇੰਡੀਆ ਦੇ ਵਿੱਚ ਕੀ ਦੇਖਿਆ ਕਿ ਕਿਸਾਨਾਂ ਦਾ ਸੱਚਾ ਸੁੱਚਾ ਸੰਘਰਸ਼ ਆ ਔਰ ਇਹਨਾਂ ਨੇ ਜਾਇਜ਼ ਮੰਗਾ ਔਰ ਉਸ ਦੇ ਉੱਤੇ ਜਿਹੜਾ ਡੈਮੋਕ੍ਰੇਸੀ ਦਾ ਐਡਾ ਵੱਡਾ ਕਹਾਣ ਕੀਤਾ ਗਿਆ ਤੇ ਫਿਰ ਕਿਉਂ ਨਾ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਥੰਮ ਮੰਨਿਆ ਜਾਂਦਾ ਉਹ ਅੱਗੇ ਆਵੇ ਇਸੇ ਕਰਕੇ ਅਸੀਂ ਆਪਣੇ ਜਿਹੜੇ ਪ੍ਰੈਸ ਵਾਲੇ ਵੀਰ ਹੋਣਾ ਨਾ ਉਹਨਾਂ ਨਾਲ ਸਾਰਿਆਂ ਨਾਲ ਸਲਾਹ ਕੀਤੀ ਗੱਲ ਕੀਤੀ ਗੱਲ ਕਰਕੇ ਸਾਰਿਆਂ ਦਾ ਹੀ ਸਰਬਸੰਮਤੀ ਨਾਲ ਸਾਰਿਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਕਿਸਾਨ ਸੰਘਰਸ਼ ਜਿਹੜੇ ਕਰ ਰਹੇ ਹਨ ਉਹਨਾਂ ਦਾ ਦਿਲੋਂ ਸਮਰਥਨ ਇਹ ਨਹੀਂ ਕਿ ਸਿਰਫ ਇੱਕ ਫਾਰਮੈਲਟੀ ਆ ਅਸੀਂ ਦਿਲੋਂ ਅਸੀਂ ਜਿਹੜਾ ਲਿਖਿਆ ਵੀ ਆ ਉਹਦੇ ਵਿੱਚ ਵੀ ਇਹ ਲਿਖਿਆ ਕਿ ਲਿਖਤ ਰੂਪ ਦੇ ਵਿੱਚ ਦਿੱਤਾ ਹੈ ਕਿ ਅਸੀਂ ਦਿਲੋਂ ਸਮਰਥਨ ਦੇ ਰਹੇ ਹਾਂ ਤੇ ਤਾਂਕਿ ਇਹ ਜਿਹੜੀ ਮੰਗ ਹੈ ਉਹ ਪਤਾ ਲੱਗੇ ਕਿ ਇੱਕ ਜਿਹੜਾ ਚੌਥਾ ਸਤੰਭ ਹੈ ਇੱਕ ਵੀ ਸਤੰਭ ਜਿਹੜਾ ਡਿੱਗ ਜੇ ਤੇਰਾ ਮਤਲਬ ਬੁਰਾ ਦੇਸ਼ ਦੇਖ ਜਾਂਦਾ ਹੈ ਉਹ ਉਹਦੇ ਵੱਲੋਂ ਜਿਹੜਾ ਸਮਰਥਨ ਹੈ ਚੰਡੀਗੜ੍ਹ ਦੇ ਵਿੱਚ ਵੀ ਸਮਰਥਨ ਦਿੱਤਾ ਗਿਆ ਅਸੀਂ ਵੀ ਜਿਹੜਾ ਸਮਰਥਨ ਦਿੱਤਾ ਤੇ ਉਮੀਦ ਹੈ ਕਿ ਜਿਹੜੀ ਆਵਾਜ਼ ਹੈ ਜਿਹੜੀ ਜਿਹੜੀ ਗੂੰਗੀ ਬੈਰੀ ਸਰਕਾਰ ਹੈ ਉਸ ਤੱਕ ਜ਼ਰੂਰ ਪਹੁੰਚੇਗੀ ਕਿ ਜਿਹੜਾ ਮੀਡੀਆ ਵੀ ਹੁਣ ਤੁਰ ਪਿਆ ਹੈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਪਵੇਗਾ ਪੱਤਰਕਾਰ ਸਰ ਬਿਲਡਿੰਗ ਵਿੱਚ ਮੁਸ਼ਕਲਾਂ ਉਹਨਾਂ ਨੂੰ ਪਤਾ ਹੈ ਪੱਤਰਕਾਰਾਂ ਨੂੰ ਆਮ ਬੰਦੇ ਨੂੰ ਘੱਟ ਪਤਾ ਹੁੰਦਾ ਪੱਤਰਕਾਰਾਂ ਨੂੰ ਜ਼ਿਆਦਾ ਪਤਾ ਹੁੰਦਾ ਜੀ ਕਿ ਜੋ ਮੁਸ਼ਕਲਾਂ ਦੇਖਦੇ ਹਨ ਕਿਸਾਨ ਗਿਆ ਇਸ ਕਰਕੇ ਖਾਸਾ ਲੈ ਕੇ ਬਿਲਕੁਲ ਇਹੀ ਹੈ ਕਿ ਇੱਕ ਦਿਲੋਂ ਜਿਹੜੀ ਆਵਾਜ਼ ਨਿਕਲੀ ਹੈ ਉਹ ਇਸੇ ਕਰਕੇ ਨਿਕਲੀ ਹੈ ਕਿ ਕਹ ਹਲੂਣਾ ਮਿਲਿਆ ਇੱਕ ਦਿਲ ਨੂੰ ਇਸ ਗੱਲ ਦਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾ ਹੱਕੀ ਮੰਗਾ ਨੇ ਔਰ ਉਸ ਨੂੰ ਉਸ ਨੂੰ ਦਬਾਉਣ ਵਾਸਤੇ ਇੱਥੋਂ ਤੱਕ ਜਿੱਥੋਂ ਤੱਕ ਵੀ ਕਾਣ ਕਰ ਸਕਦੇ ਹੋ ਤੁਸੀਂ ਡੈਮੋਕ੍ਰੇਸੀ ਦਾ ਉਹ ਕਰੋ ਉਹ ਕਿੰਨੀ ਕਿ ਜਾਇਜ਼ ਗੱਲ ਹੈ ਤੇ ਜੇ ਇੱਕ ਚੌਥਾ ਸਤੰਭ ਚੁੱਪ ਕਰਕੇ ਦੇਖਦਾ ਰਹੂਗਾ ਤਾਂ ਫਿਰ ਤੇ ਕੋਈ ਹੱਲ ਨਹੀਂ ਕਿਤੇ ਵੀ ਚਲ ਜਾਓ ਤੁਸੀਂ ਇੱਕ ਉਸ ਦਾ ਜਿਹੜਾ ਨਤੀਜਾ ਨਿਕਲੇਗਾ ਉਹ ਬਹੁਤ ਖਤਰਨਾਕ ਨਿਕਲੇਗਾ ਜਿਹੜਾ ਕਿ ਪੂਰੇ ਦੇਸ਼ ਵਾਸਤੇ ਖਤਰਨਾਕ ਹੈ ਪੰਜਾਬ ਤੇ ਡੁੱਬਦਾ ਹੀ ਪਿਆ ਪੂਰੇ ਦੇਸ਼ ਵਾਸਤੇ ਇਨਾ ਖਤਰਨਾਕ ਨਤੀਜਾ ਨਿਕਲੇਗਾ ਔਰ ਕਿਸਾਨ ਜਿਹੜੇ ਹਨ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੋ ਰਹੀ ਹੈ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਸਿਰਫ ਅਸੀਂ ਪੱਤਰਕਾਰ ਨਹੀਂ ਜਿਹੜੇ ਕੋਲੋਂ ਦੇਖ ਰਹੇ ਨੇ ਘਰ ਬੈਠੇ ਆਮ ਲੋਕ ਮਾਸੂਮ ਲੋਕ ਉਹ ਮਹਿਲਾਵਾਂ ਉਹ ਬੱਚੇ ਜਿਹੜੇ ਬੜੇ ਗੌਰ ਨਾਲ ਇਸ ਚੀਜ਼ ਨੂੰ ਦੇਖ ਰਹੇ ਨੇ ਔਰ ਉਹਨਾਂ ਦੇ ਦਿਲੋਂ ਦਵਾਵਾਂ ਨਿਕਲਦੀਆਂ ਨੇ ਕਿਸਾਨਾਂ ਵਾਸਤੇ ਸਭ ਤੋਂ ਵੱਡੀ ਗੱਲ ਔਰ ਅੱਜ ਤੁਸੀਂ ਦੇਖੋ ਬੰਦ ਆ ਤੇ ਬੰਦ ਦਾ ਸਮਰਥਨ ਹਰ ਵਰਗ ਦੇ ਰਿਹਾ ਹਰ ਵਪਾਰੀ ਦੇ ਰਿਹਾ ਕਿਉਂਕਿ ਕਿਸਾਨੀ ਤੇ ਸਾਰਾ ਕੁਝ ਟਿਕਿਆ ਹੋਇਆ ਹੈ ਪੂਰਾ ਵਪਾਰ ਟਿਕਿਆ ਹੈ ਵਪਾਰੀ ਜਿਹੜੇ ਹਨ ਉਹ ਖੁੱਲ ਕੇ ਸਮਰਥਨ ਦੇ ਰਹੇ ਆਣੇ ਇਸੇ ਕਰਕੇ ਕਿ ਜੇ ਕਿਸਾਨ ਖਤਮ ਹੋ ਜਾਣਗੇ ਤੇ ਵਪਾਰ ਕਿੱਥੋਂ ਹੋਊਗਾ ਲੋਕਾਂ ਦੀ ਪਰਚੇਜ਼ਿੰਗ ਪਾਵਰ ਨਹੀਂ ਰਹੇਗੀ ਸਾਰਾ ਤਹਿਸ ਨਹਿਸ ਹੋ ਜਾਏਗਾ ਇਸੇ ਕਰਕੇ ਜਿਹੜੇ ਆ ਹਰ ਪੱਖੋਂ ਹਰ ਪੱਖੋਂ ਹਰ ਵਰਕ ਤੋਂ ਸਮਰਥਨ ਜਿਹੜਾ ਆ ਰਿਹਾ ਤੇ ਉਸ ਦੇ ਵਿੱਚ ਨਮਾਨਾ ਜੇ ਯੋਗਦਾਨ ਅਸੀਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਮੈਂ ਮਰਤੰਦ ਤਿਆਗਿਆ ٹرسٹ ਕਲੱਬ ਨੂੰ ਤੁਹਾਡੇ ਵੀਡੀਓ ਨੂੰ ਆ ਮੈਂ ਕਿਸਾਨ ਮਜ਼ਦੂਰ ਸਿਹਤ ਕਮੇਟੀ ਸਰਵਨ ਸਿੰਘ ਪੇ ਸੁਭਾ ਜਨ ਸਕੱਤਰ ਮੈਂ ਪ੍ਰੈਸ ਕਲਾਸ ਅਮਰਸਰ ਦਾ ਜਿਹੜਾ ਤਹਿਤ ਲੋ ਧੰਨਵਾਦ ਕਰਦਾ ਵਾਂ। ਇੱਕ ਤਾਂ ਅਸੀਂ ਵੇਖਿਆ ਵੀ ਜੋ ਅਮਰਸਰ ਦੀ ਪ੍ਰੈਸ ਸੀਆ ਉਹਨੇ ਜਿਵੇਂ ਬਹੁਤ अर्ਲੀ ਚੱਲੇ ਸੀਗੇ 8 ਜੂਨ ਤੋਂ ਮੈਨੂੰ ਪਗਾਇਆ ਤੇ ਲਹਿਰ ਬਹੁਤ ਛੋਟੀ ਸੀਗੀ। ਉਹਨਾਂ ਦਾ ਉਸ ਦਿਨ ਤੋਂ ਸਹਯੋਗ ਰਿਹਾ ਵਾ ਜਿਵੇਂ ਉਹ ਲਗਾਤਾਰ ਅੰਬਰਸਰ ਦੀ ਪ੍ਰੈਸ ਇੰਨੀ ਵੱਡੇ ਪੱਧਰ ਤੇ ਹੁੰਦੀ ਆ ਔਰ ਲਗਾਤਾਰ ਐਂ ਲੱਗਦਾ ਸੀ ਵੀ ਜਿਵੇਂ ਅੰਦੋਲਨ ਛੋਟਾ ਅੰਦੋਲਨ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਨਹੀਂ ਸੀਗਾ ਇਹ ਜੀ ਅੱਜ ਪੰਜਾਬੀਆਂ ਦਾ ਅੰਦੋਲਨ ਬਣਿਆ ਤੇ ਮੈਂ ਕਹਿੰਦਾ ਸਾਡੇ ਨਾਲ ਨਾਲ ਇਹ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਹੈ ਪੂਰੇ ਹਰੇਕ ਬੰਦੇ ਤੱਕ ਸਾਡੀ ਗੱਲ ਗਈ ਹੈ ਸਾਡੀ ਆਵਾਜ਼ ਪਹੁੰਚੀ ਹੈ ਪਹਿਲੀ ਗੱਲ ਲੋਕਾਂ ਨੂੰ ਬਿੱਲ ਬਾਰੇ ਨਹੀਂ ਸੀ ਪਤਾ ਸੀ ਜਦੋਂ ਬਾਰ-ਬਾਰ ਪ੍ਰੈਸ ਤੇ ਬੋਲੇ ਆ ਬਾਰ-ਬਾਰ ਮੀਡੀਆ ਤੇ ਆਇਆ ਤੇ ਉਹ ਜਿਹੜਾ ਵਾ ਉਹ ਲੋਕਾਂ ਤੱਕ ਗਈ ਆ ਅੱਜ ਜੇ ਏਡੀ ਤਕੜੀ ਲਹਿਰ ਪੈਦਾ ਹੋ ਗਈ ਆ ਪੰਜਾਬ ਪੰਜਾਬ ਤੋਂ ਬਾਹਰੀ ਦੇਸ਼ ਦੇਸ਼ ਤੋਂ ਬਾਅਦ ਅੱਜ ਵਿਦੇਸ਼ਾਂ ਵਿੱਚ ਗਈ ਆ ਉਹਦੇ ਵਿੱਚ ਮੀਡੀਆ ਦਾ ਆਪਣਾ ਬਹੁਤ ਵੱਡਾ ਯੋਗਦਾਨ ਹੈ ਮੈਂ ਕਿਉਂਕਿ ਲੋਕਲੇ ਅੰਮਰਸਰ ਦਾ ਮੈਨੂੰ ਪਤਾ ਵੀ ਜਿੰਨਾ ਅਸੀਂ ਅੰਮਰਸਰ ਚ ਕੰਮ ਕੀਤਾ ਤੇ ਉਸ ਆਵਾਜ਼ ਨੂੰ ਐਨ ਲੱਗਾ ਜਿਵੇਂ ਕਿਸੇ ਮੈਟਰੋ ਸਿਟੀ 'ਚ ਮੈਂ ਬੈਠਾ ਹੁੰਦਾ ਦਿੱਲੀ ਵਾਲੀ ਪ੍ਰੈਸ ਬੰਨ ਜਿਵੇਂ ਸਬੋਧਨ ਕਰਦੀ ਹੈ ਦਿੱਲੀ ਆਂਗ ਸਾਨੂੰ ਚੱਕਿਆ ਗਿਆ ਤੇ ਪੂਰੀ ਦੁਨੀਆ ਵਿੱਚ ਸਾਡੀ ਆਵਾਜ਼ ਨੂੰ ਪਹੁੰਚਾਇਆ ਗਿਆ ਪਹਿਲੀ ਗੱਲ ਤੇ ਅਸੀਂ ਉਹਦਾ ਧੰਨਵਾਦ ਕਰ ਰਹੇ ਹਾਂ ਇਹ ਤੋਂ ਕਹਾ ਅੱਜ ਪ੍ਰੈਸ ਕਲਰ ਸਪੈਸ਼ਲ ਸੱਦ ਕੇ ਸਾਨੂੰ ਆਪਣੀ ਜੂਨੀਅਨ ਵੱਲੋਂ ਸਮਰਥਨ ਦਿੱਤਾ ਵਾ ਇਸ ਅੰਦੋਲਨ ਦਾ ਖੇਤੀ ਦੇ 3 ਕਰੋੜ ਰੱਦ ਕਰਾਉਣ ਲਈ ਜਾਂ ਹੋਰ ਸੜਕੀਆਂ ਮੰਗਾ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਆ ਮੈਨੂੰ ਲੱਗਦਾ ਵੀ ਸਮਾਜ ਦਾ ਹਰ ਤਬਕਾ ਸਹਿਯੋਗ ਕਰ ਰਿਹਾ ਤੇ ਪ੍ਰੈਸ ਕਲੱਬ ਨੇ ਵੀ ਪਹਿਲ ਕਦਮੀ ਕੀਤੀ ਆ ਪਹਿ ਲੱਗੇ ਆ ਕੇ ਉਹਨਾਂ ਨੇ ਸਮਰਥਨ ਦਿੱਤਾ ਵਾ ਤੋਂ ਮੈਂ ਧੰਨਵਾਦ ਕਰਦਾ ਸਰ ਅੱਜ ਦੇਸ਼ ਲਈ ਬੰਦ ਦਾ ਕਿੰਨਾ ਕੇ ਸਮਰਥਨ ਰਿਹਾ ਸ਼ਹਿਰ ਵਾਸੀਆਂ ਦਾ ਉਹ ਮੈਨੂੰ ਲੱਗਦਾ ਵੀ ਮੈਨਾਂ ਸਾਡੀ ਸੋਚਾਂ ਤੋਂ ਵੱਧ ਸਮਰਥਨ ਰਿਹਾ ਮੈਨੂੰ ਲੱਗਦਾ 99% ਲੋਕਾਂ ਨੇ ਇੱਕ ਹੁੰਦਾ ਜ਼ਬਰਦਸਤੀ ਬੰਦ ਕਰਾਉਂਦਾ ਇੱਕ ਹੁੰਦਾ ਵੀ ਆਪਣੇ ਮਨੋਂ ਬੰਦ ਕਰ ਲੈਣ ਜੇ ਸਾਡਾ ਨਾਲ ਦਿਲੋਂ ਹਮਾਇਤ ਤੇ ਜੈਂਥਣੀ ਜੀਵਨਕਲ ਦੀ ਲੋਕ ਆਪਣੀਆਂ ਦੁਕਾਨਾਂ ਘੜੀਆਂ ਆਪੇ ਖੜੇ ਸੀਗੇ ਜਦੋਂ ਅਸੀਂ ਬੋਲਦੇ ਸੀ ਉਹ ਹੱਥ ਬਾਹਨ ਚੱਕ ਕੇ ਕਈ ਬੰਦੇ ਮਿਲ ਕੇ ਕਹਿੰਦੇ ਸੀ ਵੀ ਮੈਨੂੰ ਇੱਕ ਨੇ ਕਿਹਾ ਵੀ ਸਾਡੀ ਭਾਵੇਂ ਜ਼ਮੀਨ ਨਹੀਂ ਹੈਗੀ ਜਮੀਰ ਜ਼ੂਰ ਅੰਦਰ ਅਸੀਂ ਤੁਹਾਡੇ ਨਾਲ ਆ ਮਤਲਬ ਐਸਾ ਉਹ ਇਹੋ ਜੇ ਮਤਲਬ ਭਾਵਨਾਤ ਗੱਲਾਂ ਵੀ ਉਹਨਾਂ ਨੇ ਕਹੀਆਂ ਅਸੀਂ ਤੁਹਾਡੇ ਨਾਲ ਆ ਮਤਲਬ ਮਤਲਬ ਇਸ ਕਿਸਮ ਦਾ ਸਮਰਥਨ ਸਦੀਆਂ ਬਾਅਦ ਇਹੋ ਜਿਹੇ ਅੰਦੋਲਨ ਕਿਤੇ ਪੈਦਾ ਹੁੰਦੇ ਹੁੰਦੇ ਆ ਤੇ ਸਦੀਆਂ ਬਾਅਦ ਕਿਤੇ ਪੰਜਾਬ ਨੂੰ ਵੇਖਣਗੇ ਉਹਦੇ ਚ ਪੰਜਾਬੀਆਂ ਦਾ ਪੂਰੀ ਦੁਨੀਆ ਚ ਵੱਖਰਾ ਮਤਲਬ ਸਾਰਿਆਂ ਦੀ ਨਿਗਾਹ ਪੰਜਾਬ ਦੇ ਵਿੱਚ ਆ ਇੱਕ ਮੈਂ ਕਹਿੰਦਾ ਜਿਹੜਾ ਵੱਖਰਾ ਨਵੇਕਲਾ ਵੀ ਇੱਥੇ ਜਾਤ ਪਾਤ ਧਰਮ ਸਾਰੀ ਗੱਲ ਤੋਂ ਉੱਪਰ ਉੱਠ ਕੇ ਕਿ ਪੰਜਾਬੀ ਲੜ ਰਹੇ ਨੇ ਹਰ ਕਿਸਮ ਦੀ ਸਮਾਜ ਵਿੱਚ ਜਿਹੜੀ ਫੁੱਟ ਪਉਂਦੀ ਸੀ ਹਾਕਮ ਉਹ ਸਾਰੇ ਖਤਮ ਹੋ ਗਏ ਤੇ ਇਹ ਵੱਖਰਾ ਵਾ ਇਹ ਮੈਨੂੰ ਲੱਗਦਾ ਜਦੋਂ ਇੱਥੇ ਜਲਿਆਂ ਵਾਲਾ ਬਾਗ ਕਾਂਡ ਹੋਇਆ ਸੀ ਤੇ ਇਤਿਹਾਸ ਪੜਿਆ ਉਦੋਂ ਪੰਜਾਬੀ ਇੱਥੇ Hindu ਸੀ Sikh ਸੀਗੇ Musalman ਸੀਗੇ ਹੋਰ ਕਮਿਊਨਿਟੀਆਂ ਇਕੱਠੀਆਂ ਹੋ ਕੇ ਅੰਗਰੇਜ਼ਾਂ ਖਿਲਾਫ ਲੜੀਆਂ ਤੇ ਹੁਣ ਸਾਡੇ ਕਾਲੇ ਅੰਗਰੇਜ਼ਾਂ ਖਿਲਾਫ ਇ ਬਹੁਤ ਵੱਡੀ ਪ੍ਰਾਪਤੀ ਹੈ ਇਸ ਅੰਦੋਲਨ ਦੀ ਕੱਲ ਦੇ ਫੈਸਲੇ ਨੂੰ ਕੱਲ 9 ਤਰੀਕ ਨੂੰ ਜਿਹੜਾ ਫੈਸਲਾ ਨਾਲ ਉਹਨੂੰ ਕੀ ਸਮੇਂ ਤੱਕ ਕਿਸ ਨਾਲ ਕੀ ਕਰੇਗੀ ਸਰਕਾਰ ਮੈਨੂੰ ਲੱਗਦਾ ਵੀ ਸਰਕਾਰ ਜਿਹੜਾ ਵਾ ਜੋ ਸਾਨੂੰ ਸੰਭਾਵਨਾ ਲੱਗ ਰਹੀਆਂ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸਰਕਾਰ ਜਿਹੜੇ ਅੱਡ ਅੱਡ ਜਿੱਥੇ ਬੰਦਿਆਂ ਜਮਿਤ ਸ਼ਾਹ ਜੀ ਨਾਲ ਜਿਹੜੀ 7:30 ਵਜੇ ਮੀਟਿੰਗ ਹੋ ਰਹੀ ਹੈ ਕੋਈ ਮੀਟਿੰਗ ਕਰੇ ਸਾਨੂੰ ਤਰਾਜ ਕੋਈ ਨਹੀਂ ਸਾਰੀਆਂ ਦੇਸ਼ ਦੀਆਂ ਜਿੱਥੇ ਬੰਦਿਆਂ ਤੇ ਅੜੇ ਆ ਸਾਰੀਆਂ ਸੱਦੋ ਤੇ ਪ੍ਰਧਾਨ ਮੰਤਰੀ ਜੀ ਮੀਟਿੰਗ ਲਾਉਣ ਤੇ ਇਹ ਠੀਕ ਆ ਪਰ ਅੱਡ ਅੱਡ ਜਦੋਂ ਸੱਦਿਆ ਜਾ ਰਿਹਾ ਇਹਦੇ ਮਤਲਬ ਕੋਈ ਨਾ ਕੋਈ ਤਾਂ ਪੀ ਥੋਡੀਆਂ 70% ਜਿਹੜੀਆਂ ਸੌਧਾਂ ਸੀ ਕਬੂਲ ਕਰ ਲਈਆਂ ਤੇ ਆਪਣੀਆਂ ਸਮਰਥਕ ਕੋਈ ਮੌਕੇ ਤੇ ਜਥੇਬੰਦੀਆਂ ਖੜੀਆਂ ਕਰਕੇ ਉਹਨਾਂ ਵੱਲੋਂ ਵੀ ਸਮਰਥਨ ਆਊਗਾ ਪ੍ਰੈਸ 'ਚ ਵੀ ਇਹ ਵੀ ਮੰਨ ਗਿਆ ਅਜੇ ਇਹ ਚਾਲਾਂ ਚੱਲੀਆਂ ਜਾਣਗੀਆਂ ਪਰ ਅਸੀਂ ਸचेਤ ਆ ਇਹ ਗੱਲ ਸਾਹਮਣੇ ਆਈ ਵੀ ਹੈ ਜਿ ਕੁਝ ਜਥੇਬੰਦੀਆਂ ਕਹਿ ਰਹੀਆਂ ਸੌਦੇ ਤੇ ਹੁਣ ਮਨਜ਼ੂਰੀ ਹੈ ਆ ਦੇਖੋ ਉਹ ਜਥੇਬੰਦੀਆਂ ਨਹੀਂ ਹੈ ਕਿਉਂ ਸਰਕਾਰ ਦੀਆਂ ਜਥੇਬੰਦੀਆਂ ਹੋ ਸਕਦੀਆਂ ਜਿਹੜੀਆਂ ਜਥੇਬੰਦੀਆਂ ਮੈਂ ਤਾਂ ਇੱਕ ਗ੍ਰੈਂਪਲ ਦੇਣਾ ਵੀ ਕਿਲੋ ਜਹਰ ਆ ਤੁਸੀਂ ਕਹੋਗੇ 50 500 ਗ੍ਰਾਮ ਜਹਰ ਠੀਕ ਹੈ 250 ਗ੍ਰਾਮ ਜ਼ਹਿਰ ਠੀਕ ਹੈ 100 ਗ੍ਰਾਮ ਜ਼ਹਿਰ ਠੀਕ ਹੈ ਜ਼ਹਿਰ ਤਾਂ ਜ਼ਹਿਰ ਆ ਠੀਕ ਹੈ ਜੀ ਇਸ ਕਰਕੇ ਕਿਸਾਨ ਅੰਦੋਲਨ ਇਹ ਇਹਨਾਂ ਬਿੱਲਾਂ ਨੂੰ ਰੱਦ ਕਰਨ ਤੋਂ ਤੋਂ ਇਲਾਵਾ ਜਾਂ ਐਮਐਸਪੀ ਜਿਹੜੀ ਆ ਉਹਦੀ ਸਰਕਾਰੀ ਗਰੰਟੀ ਲਿਖਤੀ ਕੋ ਵਿਧਾਨਿਕ ਉਹਦਾ ਫੈਸਲਾ ਨਹੀਂ ਉਹ ਤੋਂ ਬਗੈਰ ਨਹੀਂ ਆਊਗਾ ਇਹ ਸਾਡਾ ਪੱਕਾ ਵਾਦਾ ਵਾ ਜਿਵੇਂ ਸਾਨੂੰ ਇਹ ਵੀ ਕਿਹਾ ਜਾ ਰਿਹਾ ਉੱਥੇ ਫੌਜ ਲਾਈ ਜਾ ਰਹੀ ਹੈ ਉੱਥੇ ਅਰਧ ਸੈਨਿਕ ਫੋਰਸ ਲਾਏ ਜਾ ਰਹੇ ਨੇ ਠੀਕ ਹੈ ਸਰਕਾਰ ਲਾ ਸਕਦੀ ਹੈ ਸਰਕਾਰ ਇਹਨਾਂ ਹਾਲਤਾਂ ਚ ਨਹੀਂ ਹੈਗੀ ਸਰਕਾਰ ਜੇ ਕਿਸਾਨਾਂ ਦੇ ਅੰਦੋਲਨ ਦੇ ਹੱਥ ਚੱਕੂਗੀ ਤੇ ਮੈਨੂੰ ਲੱਗਦਾ ਉਹ ਸਦੀਆਂ ਦੀ ਜਿਹੜਾ ਉਹਦੇ ਪਿੱਛੇ ਖੜਾ ਸਾਮਰਾਜ ਆ ਉਹ ਸਭ ਤੋਂ ਵੱਡੀ ਬੇਬਕੂਪ ਕਰੂਗਾ ਪੰਜਾਬ ਦਾ ਲਹਨ ਭਾਰਤ ਜੀਆ ਤੇ ਭਾਰਤ ਦਾ ਅੰਦੋਲਨ ਪੂਰੀ ਦੁਨੀਆ ਦਾ ਅੰਦੋਲਨ ਬਣੂਗਾ ਤੇ ਜਿਹੜੀਆਂ ਪੂੰਜੀਵਾਦ ਦੀਆਂ ਨੀਤੀਆਂ ਉਹਨਾਂ ਨੂੰ ਪੁੱਠਾ ਘੜਾ ਪੂਰੇ ਸੰਸਾਰ ਚ ਆ ਸਕਦਾ ਜੇ ਉਹ ਕਿਤੇ ਹੱਥ ਚੱਕਿਆ ਉਹਨਾਂ ਕਿਸਾਨਾਂ ਨੂੰ